हाय गाइस, वेलकम बैक टू न्यू व्लॉग। तो पिछली बारी असी गए सी लापरी दा दोस्त दे विआह ते गए सीगे, ते हुण ओहदी मरग ते मतलब उन्हें ही चले आ मिलन चले उन्हां दे परिवार नूं। ते यार सोचो एक साल खरे 4 महीने होए आ, ते उदों असी विआह ते गए सी ते अज वेखो अज उत्थे चले आ, हरियाणे चले आ। एक मैं चलिया, लापरी चलिया, ते एक होर आ मुंडा सरबजीत, ओह वी जाऊगा। अज घरे बन लगे आ करेले। चलो इनू सन मोटरसाइकिल नु किथे टक्कना, हुण असीं तिन्ने जाणे चले आ, हुण ट्रेन ते चढ़न लगे आ, ते रवाड़ी पहुंचना असीं जाके। हां वेखो झोना झूना ला के चले होने सारे, ते सानू हुण इन्हां ने बहना पैणा। ऐ करो फिर दो तीन ही लै लियो ना। नहीं तीन किथे, हां तीन लैणियां, दो बहुत आ, दो इक। चलो 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 चढ़ जाओ चढ़ जाओ। ट्रेन च तो बह गया, साडियां टिकटां भी ट्रेन च हुण कट्टियां जाणगियां क्योंकि अहीं लेट हो गए सीगे, ते रात 2 बजे पहुंचांगे जाके। ਘਰੋਂ ਤਾਂ ਰਹਿ ਕੇ ਨਹੀਂ ਆਏ, ਰੋਟੀ ਭੁੱਖ ਲੱਗ ਗਈ, ਤੇ ਹੁਣ ਟ੍ਰੇਨ 'ਚ ਹੀ ਖਾਣਾ ਪੈਣਾ। ਵੇਖਾਂਗੇ ਪਰ ਕਿਵੇਂ ਦਾ, ਢਿੱਡ ਹੀ ਨਾ ਖਰਾਬ ਹੋ ਜਾਏ, ਇੱਕ ਇਹ ਬੜਾ ਡਰ ਹੁੰਦਾ। ਆ ਸ਼ਾਇਦ, ਹਾਂ ਮਰਤੀ ਆ ਸ਼ਾਇਦ, ਦਾਲ ਆ ਇਹਦਾ, ਫਿਰ ਨਹੀਂ ਪਤਾ, ਸ਼ਾਇਦ ਪਨੀਰ ਆ, ਪਨੀਰ ਪਨੀਰ ਤੇ ਚੌਲ। ਬਸ ਘੁੰਮੀ ਆ ਟ੍ਰੇਨ 'ਚ, ਕਦੀ ਇੱਧਰ ਕਦੀ ਉੱਧਰ, ਡੱਬਾ ਹੀ ਨਹੀਂ ਪਤਾ ਇਹਨੂੰ ਕਿਹੜਾ ਵਾ, ਗਵਾ ਲਿਆ। ਚਲੋ ਬਾਈ ਉਤਰੋ। ਚਲੋ ਹੁਣ ਅਸੀਂ ਰਵਾੜੀ ਉਤਰ ਗਏ ਹਾਂ, ਤੇ 2:50 ਤੇ ਪਹੁੰਚੇ ਪੂਰੇ ਟਾਈਮ ਤੇ 2:50 ਤੇ। ਚਲੋ ਹੁਣ ਟੈਂਪੂ ਤੇ ਬਹਿਣ ਲੱਗੇ ਆ, ਤਾਂ ਬਾਅਦ ਚ ਅਸੀਂ ਬੱਸ ਤੇ ਚੜ ਜਾਣਾ, ਬੱਸ ਸਟੈਂਡ ਚੱਲੇ ਆ। ਮੈਨੂੰ ਮੂੰਹ ਤੋਂ ਪਤਾ ਲੱਗਦਾ ਪੂਰੀ ਸੁਸਤੀ ਪਈ ਹੋਈ ਇਹਨੂੰ ਵੀ, ਸੁਬਹ ਦਾ ਟਾਈਮ ਆ ਨਾ, ਆਪਾਂ ਸੁੱਤੇ ਨਹੀਂ, ਸੁੱਤੇ ਨਹੀਂ ਚੱਜ ਨਾਲ, ਸੁੱਤੇ ਨਹੀਂ ਤੋਂ 2:50 ਤੇ ਇੱਥੇ ਉਤਰੇ ਆ ਰਵਾੜੀ, ਸੁੱਤੇ ਨਹੀਂ ਅਸੀਂ ਚੱਜ, ਤਾਂ 2 ਘੰਟੇ ਸੁੱਤੇ ਹੋਵਾਂਗੇ। ਤੋ 3:30 ਵਾਲੀ ਬੱਸ ਤੇ ਅਸੀਂ ਚੜਨਾ ਵਾ, ਇਧਰੋਂ ਬੱਸ ਆਊਗੀ, ਪਤਾ ਨਹੀਂ ਅਟੇਲੀ ਜਾਣਾ, ਅਟੇਲੀ ਸਾਨੂੰ ਨਾਮ ਵੀ ਨਹੀਂ ਇੱਧਰ ਦਾ ਪਤਾ। ਅਸੀਂ ਅੱਗੇ ਦਾ ਸਫ਼ਰ ਨਹੀਂ ਕੀਤਾ, ਤਾਂ ਅਸੀਂ ਸੋਚਿਆ ਵੀ ਹੋਟਲ 'ਚ ਕਿਤੇ ਰੁਕ ਜਾਈਏ, ਅਸੀਂ ਹੋਟਲ 'ਚ ਹੁਣ ਰੁਕੇ ਹਾਂ। ਤੋ ਬਈ 4:10 ਹੋ ਗਿਆ, ਅਤੇ ਅਸੀਂ ਆ ਗਏ ਹਾਂ ਕਮਰੇ ਦੇ ਵਿੱਚ, ਮਤਲਬ ਰੂਮ ਲਿਆ ਅਸੀਂ 800 ਦਾ ਲਿਆ। ਚੱਲ ਚੱਲ ਗੁੱਡ ਮਾਰਨਿੰਗ। ਅਤੇ ਅਸੀਂ ਹੋਟਲ 'ਚ ਹੋ ਕੇ ਬਾਹਰ ਆ ਗਏ ਹਾਂ, ਤਾਂ ਕਾਫ਼ੀ ਲੇਟ ਉੱਠੇ ਕਿਉਂਕਿ ਟ੍ਰੇਨ 'ਚ ਤਾਂ ਨੀਂਦ ਨਹੀਂ ਆਈ, ਅਤੇ ਹੁਣ ਇੱਥੇ ਪੀਣ ਲੱਗੇ ਹਾਂ ਰੋਹ, ਅਸੀਂ ਤਾਂ ਰੋਹ ਪੀ ਕੇ ਜਾਈਏ। ਹੱਦ ਅੱਧ ਦਾ ਫਰਕ ਆ ਨਾ ਗਲਾਸ 'ਚ, ਉਹ ਇੱਕ ਹੀ ਦੋ ਬਣ ਜਾਣੇ ਆ, ਅਸੀਂ ਵੱਡੇ ਕਰਾਏ। ਆਹ ਦੇਖੋ ਕਿੱਡਾ ਛੋਟਾ ਜਿਹਾ ਟਰੈਕਟਰ, ਇਹ ਤਾਂ ਆਪਣੇ ਵਰਗਾ ਉਵੇਂ ਖਿੱਚੀ ਫਿਰੂ ਕਿ ਨਹੀਂ, ਇਹਨੂੰ ਤਾਂ ਆਪਾਂ ਖਿੱਚੀ ਫਿਰਨਾ ਟਰੈਕਟਰ ਨੂੰ। ਮੱਖੀ ਨਿਕਲ ਗਈ, ਉਹ ਫਿਰ ਦੂਜੀਆਂ ਹੋਣੀਆਂ ਨਾ ਡੂਮਣੇ ਵਾਲੀਆਂ ਵਾ। ਸਰਬਜੀਤ ਦੇ ਕੱਪ 'ਚ ਗਲਾਸ 'ਚ ਮੱਖੀ ਪੈ ਗਈ, ਜਿਸ ਕਰਕੇ ਹੁਣ ਹੋਰ ਥਾਂ ਪਿਆਉਣ ਲੱਗੇ ਇਹਨੂੰ, ਦੁਬਾਰ ਤੋਂ ਇਹਨੇ ਮੱਖੀ ਵਾਲੇ ਪੀ ਲਿਆ। ਆਹ ਵੇਖੋ ਬਈ ਬੱਸ 'ਤੇ ਚੜ੍ਹਨਾ ਆ ਸਾਰਿਆਂ ਨੇ, ਆ ਸਾਧੂ ਹੁਣਾਂ ਨੇ ਵੀ, ਅਤੇ ਆਹ ਜਿੰਨੇ ਵੀ ਲੋਕ ਇੱਥੇ ਖੜ੍ਹੇ ਆ, ਅਤੇ ਬੱਸ ਸਟੈਂਡ ਆਹ ਜਿਹੜਾ ਵੀ ਨਾਲ ਖੜ੍ਹੇ ਸਾਰੇ। ਚਲੋ ਜੀ ਖੜ੍ਹੇ ਹੋ ਕੇ ਜਾਣਦੇ ਬੱਸ 'ਚ, ਦੇਖੋ ਅਸੀਂ ਜਾਣਦੇ ਹੀ ਹੈ, ਕਦੀ ਬੱਸ 'ਚ ਬਹਿੰਦੇ ਹਾਂ, ਕਦੀ ਟ੍ਰੇਨ 'ਚ ਬਹਿੰਦੇ ਹਾਂ, ਟ੍ਰੇਨ 'ਤੇ ਚੜ੍ਹਾਉਣਾ ਸੀ ਆਪਾਂ ਨੂੰ ਪਤਾ ਹੀ ਨਹੀਂ ਸੀ। ਮੈਂ ਕਿਹਾ ਉਹਨੂੰ ਸਾਰੇ ਜਾਣਦੇ, ਆਹ ਵੇਖੋ ਕਿੰਨਾ ਵੱਡਾ ਸ਼ਹਿਰ ਆ, ਪ੍ਰਿਥਵੀ ਨੂੰ ਦੇਖੋ ਸਾਰੇ ਜਾਣਦੇ, ਜਿਹਨੂੰ ਪੁੱਛ ਲਓ, ਫੇਮਸ ਬੜਾ ਸੀ ਹੈ ਨਾ। ਹਾਂ ਚੱਲ ਪਾ ਲਿਆ ਆਪਾਂ ਜਿੱਦਾਂ ਕਿ ਅਸੀਂ ਸਿੱਧਾ ਆ ਠੰਡਾ ਪੀ ਕੇ, ਬਾਅਦ 'ਚ ਉਹਨਾਂ ਦੇ ਘਰੇ ਅਸੀਂ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਸਾਰੇ ਭਾਵੁਕ ਹੋਏ ਪਏ ਸੀਗੇ, ਤੁਹਾਨੂੰ ਪਤਾ ਉੱਥੇ ਵੈਸੇ ਵੀ ਅਸੀਂ ਵਲੌਗ ਵਿੱਚ ਕੈਮਰਾ, ਤੇ ਉਹਦਾ ਮਤਲਬ ਸਾਨੂੰ ਪਤਾ ਸੀ ਨਾ ਵੀ ਇੰਨੇ ਦਿਨ ਖਾਲੀ ਜਾਣਾ ਚੈਨਲ, ਤਾਂ ਕਰਕੇ ਮੈਂ ਵਲੌਗ ਸਟਾਰਟ ਕੀਤਾ ਸੀਗਾ। ਤੇ ਉਹ ਤੋਂ ਬਾਅਦ 'ਚ ਜਿਵੇਂ ਉਹ ਮਿਲੇ ਇਹਨੂੰ ਜੱਫੀ ਪਾ ਕੇ ਪ੍ਰਿਥਵੀ ਦੀ ਮਾਂ ਮਿਲੀ, ਕਿਉਂਕਿ ਅਸੀਂ ਵਿਆਹ 'ਚ ਗਏ ਸੀ, ਇਹਦਾ ਉਹ ਦੋਸਤ ਹੀ ਰੈਸਲਿੰਗ ਕਰਦਾ ਸੀ ਇਹਦੇ ਨਾਲ, ਮੈਨੂੰ ਬੋਲ ਲੈ ਚੱਲ ਤੂੰ ਦੱਸ ਦੇ ਕੋਈ ਨਹੀਂ। ਤੇ ਗਾਇਸ ਉਸ ਤੋਂ ਬਾਅਦ 'ਚ ਪਤਾ ਕੀ ਹੋਇਆ, ਜਿਵੇਂ ਅਸੀਂ ਫਿਰ ਗਏ ਹੋਸਪਿਟਲ ਕਿਉਂਕਿ ਉਹਨਾਂ ਨੇ FIR ਦਰਜ ਕਰਵਾਉਣੀ ਸੀ ਨਾ, FIR ਦਰਜ ਨਹੀਂ ਹੋਈ, ਤੇ ਉਹਨੇ ਇੱਦਾਂ ਮਤਲਬ ਹੋਇਆ ਕਿ ਫੈਮਲੀ ਦਾ ਮੈਟਰ ਸੀਗਾ ਹੈ ਨਾ, ਹਸਬੈਂਡ ਵਾਈਫ ਦਾ, ਇੱਦਾਂ ਕਿ ਆਪਾਂ ਨੂੰ ਕੁਛ ਵੀ ਹੋ ਜਾਏ ਘਰੇ ਸ਼ੇਅਰ ਕਰਨੀਆਂ ਚਾਹੀਦੀਆਂ ਗੱਲਾਂ, ਤੂੰ ਮੈਂ ਦੱਸਿਆ ਨਹੀਂ ਹੈਗਾ ਇੱਦਾਂ ਇੱਦਾਂ ਕਰਕੇ, ਅਤੇ ਕਿਸੇ ਦੇ ਝੰਝਰ 'ਚ ਪੈ ਕੇ ਤੂੰ ਉਹਨਾਂ ਨੇ ਆਪਦੀ ਜਾਨ ਗਵਾ ਲਈ, ਠੀਕ ਹੈ। ਇਹਦੂ ਚੰਗਾ ਵਾ ਕਿ ਆਪਾਂ ਘਰੇ ਸ਼ੇਅਰ ਕਰ ਦਈਏ, ਆਪਦੀ ਸਿਸਟਰ ਨੂੰ ਦੱਸ ਦਈਏ, ਆਪਦੀ ਮਾਂ ਨੂੰ ਦੱਸ ਦਈਏ ਗੱਲਾਂ, ਕੁਛ ਨਾ ਕੁਛ ਕਿਸੇ ਕੋ ਦੋਸਤਾਂ ਨੂੰ ਦੱਸ ਦਈਏ, ਸ਼ਾਇਦ ਬੰਦਾ ਬਚ ਜਾਂਦਾ। ਪਰ ਚਲੋ ਆਪਾਂ ਕਹਿ ਦਿਆਂ ਕਰਮਾਂ ਦਾ ਹਿਸਾਬ ਤਾਂ ਵੀ ਇੱਦਾਂ ਦਾ ਸੀਗਾ ਹੈ ਨਾ, ਇਹ ਫੈਮਲੀ 'ਚ ਉਹਦਾ ਮਤਲਬ ਜਿੰਨਾ ਵੀ ਸੀਗਾ ਕਾਰਮਿਕ ਅਕਾਊਂਟ ਖਤਮ ਹੋ ਗਿਆ, ਅੱਗੇ ਉਹਨੇ ਜਾਣਾ ਸੀ ਜਰਨੀ 'ਚ, ਜਿਸ ਬਾਤ ਕਰਕੇ ਨਾ ਬਹਾਨਾ ਹੀ ਬਣਨਾ ਸੀਗਾ ਲਾ ਲਓ, ਮੈਂ ਤਾਂ ਉਹ ਸਮਝਦਾ, ਠੀਕ ਹੈ। ਅਤੇ ਉਹ ਦੇਹ ਨੂੰ ਉਹਨੇ ਖਤਮ ਕਰਤਾ ਹੁਣ, ਅਤੇ ਚਲੋ ਇੱਦਾਂ ਹੀ ਆ, ਹੁਣ ਆਪਾਂ ਇਹੋ ਹੀ ਅਰਦਾਸ ਕਰਾਂਗੇ ਕਿ ਪਰਿਵਾਰ ਨੂੰ ਸ਼ਾਂਤੀ ਮਿਲੇ, ਠੀਕ ਹੈ। ਅਤੇ ਇੱਦਾਂ ਹੀ ਅਸੀਂ ਹੁਣ ਘਰ ਆ ਗਏ ਹਾਂ, ਹੁਣ ਅਸੀਂ ਮੈਟਰੋ ਸਟੇਸ਼ਨ 'ਤੇ ਆਏ ਹਾਂ, ਸਾਨੂੰ ਅਤੇ ਆ ਜਾਓ ਵਿੱਚ ਆ ਜਾਓ, ਅਤੇ ਇਹ ਵੇਖਦੇ ਪਏ ਆ ਵੀ ਇੱਧਰੋਂ ਦੇਖੋ ਆ ਤਾਂ ਚੜ੍ਹਨ ਵਾਲੀ ਨਹੀਂ ਲਿਫਟ ਜੀ, ਅਤੇ ਅਸੀਂ ਹੁਣ
ਥੱਲੇ ਜਾਣ ਡਿਆ ਮੈਂ ਜਾਣਾ ਤਾਂ ਅਸੀਂ ਥੱਲੇ ਸੀਗਾ ਤਾਂ ਚੜ ਕੇ ਜ਼ਰੂਰ ਵੇਖਾਂਗੇ ਵੀ ਕਿੱਦਾਂ ਤਾਂ ਨੂੰ ਜਾਂਦੀ ਆ ਓਏ ਮਜ਼ਾ ਆਉਂਦਾ ਹੀ ਓਏ ਉਹ ਗੁਰੂ ਆ ਸੱਚੀ ਮਜ਼ਾ ਆਉਂਦਾ ਮੈਟਰੋ ਖਾਲੀ ਆ ਹਨਾ ਮੇਰਾ ਵਲੌਗ ਵਾਸਤੇ ਬਣਾਉਣਾ ਨਾ ਫਿਰ ਹਾਂ ਹਾਂ जलंधर पहले जलंधर तो फिर अगे जाना राव प्रीति घरों भी हो के आए तुम मैं घरे जाके दसूंगा प्रोपर कहानी की हुई आने मैं दस नहीं सकता इतने घरे दसूंगा जिन्हें दसा भी घरे मीह पिया वा ਇੱਥੇ ਵੀ ਬੱਦਲ ਬੱਦਲ ਜਿਹਾ ਹੈਗਾ ਘਰੇ ਮੀਂਹ ਪੈਣ ਡਿਆ ਚਲੋ ਬਈ ਆਪਣੀ ਟ੍ਰੇਨ ਆ ਗਈ ਆਪਾਂ ਇਹਦੇ ਤੇ ਚੜਨਾ ਚਲੋ ਬਈ ਟਿਮਕਾ ਸਮਾਨ ਲੈ ਕੇ ਖਾਣ ਪੀਣ ਲਈ ਬਾਬਾ ਚ ਬਾਹਰ ਮੌਸਮ ਬਾਹਰ ਬੱਦਲ ਬਹੁਤ ਵਧੀਆ ਯਾਰ ਹੁਣ ਅਸੀਂ ਲੁਧਿਆਣੇ ਪਹੁੰਚ ਗਏ ਆ ਤੇ ਇੱਥੇ ਹਵਾ ਬੜੀ ਠੰਡੀ ਠੰਡੀ ਚੱਲਣ ਡਈ ਆ ਕੋਈ ਇੱਥੇ ਬੱਦਲ ਕਿੰਨਾ ਬਣਿਆ ਆ ਆਪਣੇ ਦੇਸ਼ ਦਾ ਝੰਡਾ ਘੁੰਮੀ ਹੋਣੇ ਹੁਣ ਹਨੇਰਾ ਹੋਣ ਵਾਲਾ ਕਿੰਨਾ ਟਾਈਮ ਹੋ ਗਿਆ ਯਾਰ ਸੱਤ ਬਾਈ ਹੋ ਗਏ ਚਲੋ ਹੁਣ ਪੁਲ ਪਾਰ ਕਰਕੇ ਨਾ ਪਰਲੇ ਬੰਨੇ ਜਾਂਦੇ ਆ ਵੇਖੋ ਟਾਵਰ ਦੇ ਨਾਲ ਨਾਲ ਵੇਲ ਕਿੰਨੀ ਸੋਹਣੀ ਲੱਗਦੀ ਪਈ ਵੇਲ ਚੜੀ ਹੋਈ ਤਾਂ ਤਾਂ ਚਲੋ ਚਲ ਤੁਰੋ ਚਲੋ ਬਈ ਪਹੁੰਚ ਗਿਆ ਹੁਣ ਫਿਰੋਜ਼ਪੁਰ ਤੇ ਹੁਣ ਆਪਾਂ ਮੋਰਸਲ ਆਪਦਾ ਚੱਕ ਕੇ ਸਿੱਧਾ ਘਰੇ ਇਹ ਸਾਡਾ ਤਾਂ ਇੱਥੇ ਅਸੀਂ ਡੱਕਿਆ ਹੈ ਮੋਰਸਲ ਸਾਰੇ ਮੋਰਸਲ ਖੜੇ ਤੇ ਹੁਣ 10:40 ਤੇ ਚੱਲੇ ਘਰੇ ਫਿਰੋਜ਼ਪੁਰੋਂ 18 ਕਿਲੋਮੀਟਰ ਜਾਣਾ ਦੂਰ ਔਖਾ ਕਿਉਂਕਿ ਕੋਈ ਵੀ ਚੋਰ ਚੂਰ ਮਿਲ ਸਕਦਾ ਤੇ ਉਹਨੂੰ ਨਾ ਬੜਾ ਮਿਹਨਤ ਨਾਲ ਕੋਈ ਨਹੀਂ ਹੈਗਾ ਦੇਖੋ ਰਾਹ ਮਿਹਨਤ ਨਾਲ ਕੋਈ ਨਹੀਂ ਸਾਰੀ ਖਾਲੀ ਆ ਇਹ ਸਾਡਾ ਪਿੰਡ ਆ ਗਿਆ ਕੋਈ ਨਹੀਂ ਰਸਤੇ 'ਚ ਮਿਲਿਆ ਕੋਈ ਵੀ ਇੱਕ ਜਾਣਾ ਵੀ ਨਹੀਂ ਰਾਹ 'ਚ ਚੱਲ ਚੱਲ ਇਹਨੂੰ ਬੜਾ ਪਤਾ ਲੱਗ ਗਿਆ ਇੰਨੇ ਦਿਨ ਕੀ ਪਰਸੋਂ ਹੀ ਗਏ ਪਰਸੋਂ ਗਏ ਹਾਂ ਵੇਖ ਕੇ ਤਾਂ ਸਹੀ ਹੁੰਦਾ ਦੇਖੋ ਇੱਧਰ ਹੁਣ 12 ਵੱਜ ਗਏ ਰਾਤ ਦੇ ਤੇ ਡੈਡੀ ਹੁਣਾਂ ਨੇ ਆ ਪਤਾ ਨਹੀਂ ਪੁੱਠਾ ਟਿਕਾ ਤਾਂ ਪਤਾ ਨਹੀਂ ਨਾ ਰੱਖਣ ਦਾ ਡਿੱਗ ਪਿਆ ਇੱਥੋਂ ਕਿਤੇ ਤੇ ਡੈਡੀ ਹੁਣਾਂ ਨੇ ਸੋਚਿਆ ਵੀ ਤੇ ਆਹ ਲੱਤਾਂ ਵਾਂ ਇਹ ਵਾਈਫਾਈ ਦੀਆਂ ਇੱਦਾਂ ਟਿਕਿਆ ਹੋਇਆ ਮੈਂ ਹੈਰਾਨ ਮੈਂ ਕਿਹਾ ਇਹ ਕਿੰਨੇ ਇੱਦਾਂ ਟਿਕਾਇਆ ਤੇ ਰੱਜੀ ਕਹਿੰਦੀ ਇਹ ਡੈਡੀ ਨੇ ਸੋਚਿਆ ਇਹ ਲੱਤਾਂ ਵਾਂ ਇਹ ਟਿਕਣਾ ਆਏ ਆ ਉਹ ਡੰਡੇ ਆ ਹਾਂ ਸਹੀ ਆ ਚਲੋ ਗਾਇਸ ਦੇਖੋ 12 ਵਜੇ ਮੰਮੀ ਹੁਣੀ ਸਾਨੂੰ ਸਬਜ਼ੀ ਕੰਮ ਕਰਕੇ ਦਿੰਦੇ ਪਏ ਆ ਜਿਹੜੇ ਆ ਜਿਹੜੀ ਨਵੀਂ ਚੀਜ਼ ਮੰਗਾਈ ਸੀਗੀ ਤੇ ਪਤਾਉਆਂ ਦੀ ਸਬਜ਼ੀ ਬਣਾਈ ਆ ਤਾਂ ਹੁਣ ਆਪਾਂ ਖਾਵਾਂਗੇ ਰੋਟੀ ਪਹਿਲਾਂ ਤੇ ਬਾਕੀ ਦਾ ਵਲੌਗ ਸਿੱਧਾ ਸਵੇਰੇ ਬਣਾਉ ਹੁਣ ਮੇਰਾ ਜੀ ਨਹੀਂ ਕਰਦਾ ਬਣਾਉਣ ਨੂੰ ਸਵੇਰੇ ਮਿਲਾਂਗੇ ਅੱਜ ਤਾਂ ਮੈਂ ਬੜੀ ਲੇਟ ਉੱਠਿਆ 9 ਵਜੇ ਉੱਠਿਆ ਕਿਉਂਕਿ ਰਾਤ ਅਸੀਂ ਆਏ ਬੜੀ ਲੇਟ ਸੀਗੇ 12 ਤਾਂ ਸਾਨੂੰ ਵਾਹੇ ਵੱਜ ਗਏ ਘਰੇ ਤੇ ਹੁਣ ਬਾਹਰ ਬੱਦਲ ਬਣਿਆ ਹੋਇਆ ਵਾ ਤੇ ਇਹ ਵਲੌਗ ਦਾ ਆਪਾਂ ਐਂਡ ਕਰਦੇ ਹਾਂ ਜੇ ਵਧੀਆ ਲੱਗਾ ਵਲੌਗ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਏ